ਇਹ ਅਧਿਆਤਮਿਕ ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸ਼ਿੰਦਾ ਅਹੀਰ ਵੱਲੋਂ ਸਪਾਂਸਰ ਕੀਤਾ ਗਿਆ ਹੈ। ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ। ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਪ੍ਰੋਗਰਾਮ ਦੇ ਸੈਗਮੈਂਟ ਵਿੱਚ ਮੇਰਾ ਸਾਥ ਦੇਣਗੇ ਹਰਗੁਰਚੇਤ ਸਿੰਘ ਗਿੱਲ ਅਤੇ ਇੱਕ ਸਿੱਖ ਪ੍ਰੇਮੀ ਨੇ, ਅਤੇ ਇਹਨਾਂ ਨਾਲ ਅਸੀਂ ਇੱਕ ਸੀਰੀਜ਼ ਸ਼ੁਰੂ ਕੀਤੀ ਹੈ ਜਿਸ ਵਿੱਚ ਕਿ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ ਕਿ ਸਿੱਖ ਸਿਧਾਂਤ ਹੈ ਕੀ ਨੇ, ਕੀ ਅੱਜ ਸਾਡੇ 'ਚ ਕਮੀਆਂ ਆ ਚੁੱਕੀਆਂ ਨੇ ਅਤੇ ਕਿਵੇਂ ਅਸੀਂ ਸਭ ਨੇ ਰਲ ਮਿਲ ਕੇ ਇਸ ਨੂੰ ਪੂਰਾ ਕਰਨਾ ਹੈ। ਇਸ ਵਾਸਤੇ ਜੋ ਆਸ ਪਾਸ ਸਾਡੇ ਚੱਲ ਰਿਹਾ ਉਸ ਨੂੰ ਮੁੱਖ ਰਹਿ ਕੇ ਭਾਈ ਸਾਹਿਬ ਗੱਲਬਾਤ ਕਰ ਰਹੇ ਨੇ ਸਾਡੇ ਨਾਲ, ਅਤੇ ਉਹ ਤੁਹਾਨੂੰ ਵੀ ਸ਼ਾਮਿਲ ਕਰਦੇ ਹਾਂ। ਅਤੇ ਅੱਜ ਇੱਕ ਹੋਰ ਇੰਪੋਰਟੈਂਟ ਇਸ਼ੂ 'ਤੇ ਜਿਸ ਬਾਰੇ ਅਸੀਂ ਪਿਛਲੇ ਹਫ਼ਤੇ ਗੱਲਬਾਤ ਸ਼ੁਰੂ ਕੀਤੀ ਸੀ ਕਿ ਅਖੰਡ ਪਾਠ ਦਾ ਕੀ ਕੋਨਸੈਪਟ ਹੈ ਸਿੱਖਇਜ਼ਮ ਦੇ ਵਿੱਚ, ਉਸ ਉੱਤੇ ਫੋਕਸ ਕਰਕੇ ਹੋਰ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਜੀ, ਐਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਤੁਹਾਡਾ ਇੱਥੇ ਆ ਕੇ ਸਾਡੇ ਦਰਸ਼ਕਾਂ ਨੂੰ ਤੁਸੀਂ ਸਾਂਝ ਪਾ ਰਹੇ ਹੋ, ਅਤੇ ਜੋ ਆਸ ਪਾਸ ਅਸੀਂ ਦੇਖ ਰਹੇ ਹਾਂ ਉਸ ਉੱਤੇ ਤੁਸੀਂ ਚਾਨਣ ਪਾ ਰਹੇ ਹੋ। ਲਾਸਟ ਵੀਕ ਜਦੋਂ ਅਸੀਂ ਸਮਾਪਤ ਕੀਤੀ ਪ੍ਰੋਗਰਾਮ ਦੀ, ਤਾਂ ਤੁਸੀਂ ਕੁਝ ਇਕੋਤਰੀਆਂ ਦੀ ਗੱਲ ਕਰ ਰਹੇ ਸੀ, ਅਤੇ ਅਖੰਡ ਪਾਠ ਦਾ ਕਿਹਾ ਸੀ ਕਿ ਕੋਨਸੈਪਟ ਸਿੱਖੀ 'ਚ ਨਹੀਂ ਬਲਕਿ ਸਹਿਜ ਪਾਠ ਬਾਰੇ ਤੁਸੀਂ ਗੱਲ ਕਰ ਰਹੇ ਸੀ। ਸੋ ਅਖੰਡ ਪਾਠ ਦਾ ਮੈਂ ਤੁਹਾਨੂੰ ਇਹ ਕਿਹਾ ਸੀ ਕਿਉਂਕਿ ਸਾਡੀ ਆਬਾਦੀ ਇੱਥੇ ਵੱਧ ਰਹੀ ਹੈ, ਹਰ ਇੱਕ ਵਿਅਕਤੀ ਜੋ ਹੈ ਚਾਹੁੰਦਾ ਹੈ ਗੁਰੂ ਨਾਲ ਜੁੜਨਾ, ਅਤੇ ਉਸ ਕਰਕੇ ਅਸੀਂ ਸਮਝਦੇ ਹਾਂ ਕਿ ਅਖੰਡ ਪਾਠ ਰਾਹੀਂ ਸਾਡੀ ਕੋਈ ਖੁਸ਼ੀ ਦਾ ਸਮਾਂ ਹੈ ਜਾਂ ਗਮੀ ਦਾ ਸਮਾਂ ਹੈ, ਕੋਈ ਪ੍ਰਾਪਤੀ ਹੋਈ ਹੈ, ਕੋਈ ਕੁਛ ਸਾਡੀ ਮੰਗ ਹੈਗੀ ਹੈ, ਉਸ ਨੂੰ ਪੂਰਾ ਕਰਨ ਲਈ ਅਸੀਂ ਗੁਰੂ ਦੇ ਦਰਬਾਰ ਵਿੱਚ ਜਾ ਕੇ ਅਖੰਡ ਪਾਠ ਕਰਵਾਉਂਦੇ ਹਾਂ। ਹੁਣ ਅਖੰਡ ਪਾਠ ਦਾ ਤਾਂ ਮਤਲਬ ਇਹ ਸੀ ਕਿ ਅਸੀਂ ਉੱਥੇ ਜਾ ਕੇ ਸੁਣੀਏ, ਸਰਵਨ ਕਰੀਏ ਜੋ ਗੁਰੂ ਸਾਹਿਬ ਸਾਨੂੰ ਬਾਣੀ ਵਿੱਚ ਕਹਿ ਰਹੇ ਨੇ, ਅਤੇ ਉਸਨੂੰ ਅਸੀਂ ਆਪਣੇ ਜੀਵਨ 'ਚ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੀਏ। ਜੇ ਗੁਰਦੁਆਰੇ ਸਾਹਿਬ ਵਿੱਚ ਇਹ ਨਹੀਂ ਚੱਲ ਰਹੇ ਤਾਂ ਚਲੋ ਘਰਾਂ ਦੇ ਵਿੱਚ ਅਸੀਂ ਕੁਝ ਖੁਸ਼ੀ ਹੋਏ, ਗਮੀ ਹੋਏ, ਤਦ ਵੀ ਅਸੀਂ ਅਖੰਡ ਪਾਠ ਰਖਵਾ ਲੈਂਦੇ ਹਾਂ, ਪਰ ਜ਼ਿਆਦਾਤਰ ਤਾਂ ਇਹੀ ਦੇਖਿਆ ਜਾਂਦਾ ਉੱਥੇ ਵੀ ਸਮਾਂ ਨਹੀਂ ਸਾਡੇ ਕੋਲੋਂ ਨਿਕਲ ਸਕਦਾ, ਅਤੇ ਅਸੀਂ ਭੱਜ ਦੌੜ 'ਚ ਹੀ ਰਹਿ ਜਾਂਦੇ ਹਾਂ, ਕੋਈ ਸੇਵਾ ਲੋਕਾਂ ਦੀ ਕਿਤੇ ਘੱਟ ਨਾ ਹੋ ਜਾਏ ਉਸ ਵਿੱਚ ਹੀ ਸਾਡਾ ਜ਼ਿਆਦਾ ਫੋਕਸ ਰਹਿ ਜਾਂਦਾ ਹੈ। ਸੋ ਉੱਥੋਂ ਸ਼ੁਰੂ ਗੱਲ ਕਰੀਏ ਕਿ ਇਹ ਜੋ ਕੋਨਸੈਪਟ ਹੈਗਾ ਇਹਦਾ ਕੀ ਸਾਨੂੰ ਫਾਇਦਾ ਜਾਂ ਨੁਕਸਾਨ ਹੋ ਰਿਹਾ। ਇਸ ਕੋਨਸੈਪਟ ਦਾ ਕੀ ਫਾਇਦਾ ਅਤੇ ਕੀ ਨੁਕਸਾਨ, ਇਹ ਬਿਲਕੁਲ ਸਾਹਮਣੇ ਰੱਖ ਕੇ ਚੱਲੀਏ ਨਾ। ਤੁਸੀਂ ਬੜੇ ਅਖੰਡ ਪਾਠ ਸਾਹਿਬ ਦੇ ਉੱਤੇ ਜਾ ਕੇ ਹਾਜ਼ਰੀਆਂ ਭਰੀਆਂ ਹੋਣਗੀਆਂ ਜੀ। ਤੁਸੀਂ ਕਦੀ ਅਖੰਡ ਪਾਠ ਸਾਹਿਬ ਦੇ ਵਿੱਚ ਬੈਠ ਕੇ ਗੁਰਬਾਣੀ ਸੁਣਨ ਦੀ ਕੋਸ਼ਿਸ਼ ਕੀਤੀ? ਨੋ। ਕਿਸੇ ਇੱਕ ਨੂੰ ਪੁੱਛ ਲਓ, ਕਿਸੇ ਨੇ ਵੀ ਅਖੰਡ ਪਾਠ ਸਾਹਿਬ 'ਤੇ ਜਾ ਕੇ, ਹਾਂ ਭੋਗ ਦੇ ਵੇਲੇ ਜਾਣਾ, ਭਾਈ ਜੀ ਨੇ ਅਰਦਾਸ ਕਰਨੀ ਆ, ਅਤੇ ਘਰ ਦੇ ਵਿੱਚ ਜਾਂ ਬਾਹਰ ਹਰ ਇੱਕ ਬੰਦੇ ਦੇ ਕੋਲ ਇੰਨਾ ਕੁ ਵਕਤ ਹੁੰਦਾ, ਉਹ ਕਹਿੰਦੇ ਯਾਰ ਪ੍ਰਸ਼ਾਦ ਛੇਤੀ ਦੇਣ, ਅਰਦਾਸ ਵਿੱਚ ਵੀ 10 ਮਿੰਟ ਭਾਈ ਜੀ ਨੇ ਲਾ ਦਿੱਤਾ, ਠੀਕ ਇੰਨਾ ਕੁ ਤਾਂ ਵਕਤ ਆ, ਫਿਰ ਉਸ ਅਖੰਡ ਪਾਠ ਸਾਹਿਬ ਦਾ ਕਿਹਨੂੰ ਫਾਇਦਾ ਹੋ ਸਕਦਾ? ਪਹਿਲੀ ਗੱਲ, ਜਿਹੜੀ ਬਾਣੀ ਤੁਸੀਂ ਕਿਸੇ ਨੂੰ ਮੁੱਲ ਪੈਸੇ ਦੇ ਕੇ ਕਹਿ ਰਹੇ ਹੋ ਕਿ ਆਹ ਲਓ ਜੀ ਪੈਸੇ ਤੁਸੀਂ ਮੇਰੇ ਲਈ ਬਾਣੀ ਪੜ੍ਹਦੇ ਹੋ, ਇਹ ਕਿਸੇ ਟਾਈਮ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਵਿਰੋਧ ਕੀਤਾ ਜਿਸ ਵੇਲੇ ਗੰਗਾ ਜੀ ਗਏ, ਕਿਉਂਕਿ ਪੰਡਿਤ ਲੋਕ ਉਸ ਵੇਲੇ ਆਪਣੇ ਮੁਤਾਬਕ ਚਾਰਜ ਕਰਦੇ ਸੀ। ਠੀਕ, ਤੁਸੀਂ ਆਸਾਈ ਦੀ ਵਾਰ ਨੂੰ ਪੜ੍ਹੋ, ਮਲੇਸ਼ ਤਾਣ ਲੈ ਪੂਜੇ ਪੁਰਾਣ ਦੀ ਗੱਲ ਪੜ੍ਹ ਕੇ ਦੇਖਿਓ, ਉਸ ਵੇਲੇ ਕੋਨਸੈਪਟ ਸੀ ਅਤੇ ਗੁਰੂ ਨਾਨਕ ਜੀ ਨੇ ਵਿਰੋਧ ਕੀਤਾ ਸੀ, ਉਹਨੇ ਕਿਹਾ ਨਹੀਂ। ਇਹ ਤਾਂ ਗੱਲ ਅੰਦਰਲੀ ਹੋ ਰਹੀ ਹੈ, ਗੁਰਬਾਣੀ ਤਾਂ ਅੰਦਰਲੀ ਗੱਲ ਕਰਦੀ ਆ, ਗੁਰਬਾਣੀ ਤਾਂ ਤੁਹਾਨੂੰ ਆਪਣੇ ਆਪ ਨੂੰ ਸੁਧਾਰਨ ਦੀ ਗੱਲ ਦੱਸਦੀ ਆ, ਗੁਰਬਾਣੀ ਤਾਂ ਤੁਹਾਨੂੰ ਇੱਕ ਕੋਨਸੈਪਟ ਦੇ ਰਹੀ ਹੈ ਜੀਵਨ ਦਾ, ਇਹ ਤਾਂ ਤੁਹਾਡੇ ਜੀਵਨ ਦਾ ਟੋਟਲ ਕੋਨਸੈਪਟ ਆ। ਲੇਕਿਨ ਅਸੀਂ ਕੀ ਕਰ ਰਹੇ ਹਾਂ, ਅਸੀਂ ਇੱਕ ਭਾਈ ਜੀ ਨੂੰ ਹਾਇਰ ਕਰਦੇ ਹਾਂ, ਮੈਨੂੰ ਨਹੀਂ ਪਤਾ, ਮੈਂ ਕਿਸੇ ਉੱਤੇ ਉਂਗਲੀ ਨਹੀਂ ਕਰਨੀ ਚਾਹੁੰਦਾ, ਮੈਨੂੰ ਨਹੀਂ ਪਤਾ ਉਸ ਭਾਈ ਜੀ ਦਾ ਆਪਣਾ ਜੀਵਨ ਕਿਹੋ ਜਿਹਾ, ਮੈਨੂੰ ਇਹ ਵੀ ਨਹੀਂ ਪਤਾ ਉਹਨਾਂ ਦੇ ਕੋਲ ਗੁਰਬਾਣੀ ਦੀ ਨੌਲੇਜ ਕਿੰਨੀ ਆ, ਮੈਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਨੇ ਆਪਣੇ ਆਪ ਅਭਿਆਸ ਕਿੰਨਾ ਕੀਤਾ, ਲੇਕਿਨ ਮੈਂ ਕਹਿੰਦਾ ਜੀ ਮੇਰੇ ਤੋਂ ਪੈਸੇ ਲੈ ਲਓ, ਅਤੇ ਭਾਈ ਜੀ ਕਹਿੰਦੇ ਮੇਰੀ ਜਿਹੜੀ ਕੀਮਤ ਆ ਉਹ 500 ਜਾਂ 1000 ਜਾਂ $1500 ਉਹ ਦੇ ਦਿਓ ਅਤੇ ਮੈਂ ਤੁਹਾਡੇ ਲਈ ਬਾਣੀ ਪੜ੍ਹ ਦਿੰਦਾ। ਠੀਕ, ਉਹ ਬਾਣੀ ਤੁਹਾਡੇ ਲਈ ਕੀ ਅਸਰ ਕਰਦਾ ਹੈ? ਤੁਸੀਂ ਸੁਣੀ ਨਹੀਂ, ਤੁਸੀਂ ਸਮਝੀ ਨਹੀਂ, ਤੁਹਾਡੇ ਮਨ 'ਤੇ ਅਸਰ ਕੋਈ ਨਹੀਂ, ਤੁਹਾਡੇ ਮਨ ਨੂੰ ਇੱਕ ਸਕੂਨ ਮਿਲ ਗਿਆ, ਮੈਂ ਪੈਸੇ ਦੇ ਦਿੱਤੇ, ਕੰਮ ਨਿਬੜ ਗਿਆ। ਪਰ ਹੋਰ ਜ਼ਰੀਆ ਕੀ ਹੈ ਸਾਡੇ ਕੋਲ, ਕਿਉਂਕਿ ਅਸੀਂ ਤਾਂ ਸੈਲੀਬ੍ਰੇਸ਼ਨ ਤਾਂ ਕਰਨੀ ਕਰਨੀ, ਅਸੀਂ ਤਾਂ ਗੁਰੂ ਨਾਲ ਕੁਝ ਨਾ ਕੁਝ ਤਾਂ ਕਰਨਾ ਹੀ। ਤੁਸੀਂ ਗੁਰੂ ਨੂੰ ਸੁਣੋ, ਤੁਸੀਂ ਦੇਖੋ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋ, ਸਾਡਾ ਕੋਨਸੈਪਟ ਕਿੱਥੇ ਗਿਆ? ਤੁਸੀਂ ਕਿਉਂ ਨਹੀਂ ਆਪਣੇ ਘਰਾਂ ਦੇ ਵਿੱਚ ਬੈਠ ਕੇ
ਆਪ ਬਾਣੀ ਪੜ੍ਹ ਲੈਂਦੇ, ਤੁਹਾਡੇ ਤਿੰਨ ਮਤਲਬ ਹੱਲ ਹੁੰਦੇ ਨੇ। ਸਭ ਤੋਂ ਪਹਿਲਾ ਮਤਲਬ, ਤੁਸੀਂ ਖੁਦ ਬਾਣੀ ਪੜ੍ਹ ਰਹੇ ਹੋ, ਖੁਦ ਸਮਝ ਰਹੇ ਹੋ, ਤੁਹਾਨੂੰ ਬੜੀ ਸੋਝ ਹੀ ਆ ਰਹੀ ਹੈ। ਕੁਛ ਲੋਕਾਂ ਦਾ ਓਬਜੈਕਸ਼ਨ ਹੁੰਦਾ, ਮੇਰੇ ਨਾਲ ਕਈ ਵਾਰੀ ਸਰਸਰੀ ਗੱਲ ਕਰਦੇ ਨੇ ਕਿ ਸਾਨੂੰ ਬਾਣੀ ਨਹੀਂ ਸਮਝ ਨਹੀਂ ਲੱਗਦੀ। ਇਹ ਸਮੁੰਦਰ ਆ, 17,000 ਸਾਲ ਹੋ ਗਿਆ ਸਮੁੰਦਰ ਦੀ ਖੋਜ ਚੱਲਦਿਆਂ ਚੱਲਦਿਆਂ, ਹਾਲੇ ਪਤਾ ਨਹੀਂ ਲੱਗਿਆ ਸਮੁੰਦਰ ਵਿੱਚ ਕੀ ਆ, ਬ੍ਰਹਿਮੰਡ ਦੇ ਵਿੱਚ ਕੀ ਆ। ਅਤੇ ਗੁਰਬਾਣੀ ਸਮੁੰਦਰ ਆ। ਜੇ ਤੁਸੀਂ ਕਹੋ ਕਿ ਮੈਂ ਰਾਤ ਨੂੰ ਪੜ੍ਹ ਕੇ ਸਵੇਰੇ ਸਮਝ ਲਵਾਂ, ਨਹੀਂ ਸਮਝ ਸਕਦਾ, ਨੋ ਡਾਊਟ। ਲੇਕਿਨ ਕੋਸ਼ਿਸ਼ ਤਾਂ ਕਰੋ, ਕਿਸੇ ਨੇ ਸਮੁੰਦਰ ਨੂੰ ਖੋਜਣ ਦੀ ਕੋਸ਼ਿਸ਼ ਤਾਂ ਕੀਤੀ ਨਾ, ਤਾਂਹੀਓ ਪਤਾ ਲੱਗਾ ਕਿੱਥੇ ਕਿੰਨਾ ਡੂੰਘਾ, ਕਿੱਥੇ ਪਾਣੀ ਗਰਮ ਆ, ਕਿੱਥੇ ਠੰਡਾ ਆ, ਕਿੱਥੇ ਕਾਲਾ ਆ, ਕਿੱਥੇ ਪਾਣੀ ਸਾਫ਼। ਤੁਸੀਂ ਖੋਜੋ ਤਾਂ ਸਹੀ ਨਾ। ਆਪਾਂ ਕਿਸੇ ਨੂੰ ਕੋਨਸੈਪਟ ਲੈ ਕੇ ਆਵਾਂਗੇ ਅੰਮ੍ਰਿਤ ਦੀ ਗੱਲ, ਅਸੀਂ ਲਗਾਤਾਰ ਕਹਿੰਦੇ ਹਾਂ ਅਨੰਦਪੁਰ ਸਾਹਿਬ ਵਿੱਚ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਦਿੱਤਾ ਜੀ, ਲੇਕਿਨ ਉਸ ਅੰਮ੍ਰਿਤ ਦਾ ਕੋਨਸੈਪਟ ਕਿੱਥੋਂ ਲਿਆ? ਫਿਰ ਬਾਬੇ ਲਖੜਾ ਹੋ ਜਾਂਦਾ, ਪੰਜ ਬਾਣੀਆਂ ਵੀ ਲੈ ਲਈਆਂ ਅੰਮ੍ਰਿਤ ਲਈ, ਲੇਕਿਨ ਅੰਮ੍ਰਿਤ ਦੇ ਕੋਨਸੈਪਟ ਨੂੰ ਲਾਓਗੇ ਤਾਂ ਕਦੀ ਆਸਾ ਜੀ ਦੀ ਵਾਰ ਪੜ੍ਹ ਕੇ ਦੇਖੋ ਅੰਮ੍ਰਿਤ ਦਾ ਕੋਨਸੈਪਟ ਕੀ ਆ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹੀ ਤਾਂ ਪਾਂਡੇ ਘੱਤ ਜੀ। ਅਤੇ ਅਸੀਂ ਕਿਉਂ ਨਹੀਂ ਉਸ ਗੱਲ ਨੂੰ ਲੈ ਕੇ ਨਾਲ ਚੱਲੇ, ਸਾਨੂੰ ਕਿਉਂ ਨਹੀਂ ਕਿਸੇ ਨੇ ਦੱਸਿਆ? ਬਿਲਕੁਲ, ਤੁਹਾਡੇ ਕੋਲ ਠੀਕ ਹੈ ਜੀ। ਇਹ ਬੜਾ ਇੰਪੋਰਟੈਂਟ ਪੁਆਇੰਟ ਹੈਗਾ, ਇਹਨੂੰ ਕਿਸ ਦਿਨ ਟੱਚ ਕਰਾਂਗੇ, ਪਰ ਵਾਪਸ ਆਉਂਦੇ ਹੋਏ ਅਖੰਡ ਪਾਠ ਮੈਂ ਉਸੇ ਗੱਲ 'ਤੇ, ਸੈਲੀਬ੍ਰੇਸ਼ਨ ਕੋਈ ਹੈਗੀ ਹੈ, ਮੈਂ ਵਾਪਸ ਉਸੇ ਜਾਂ ਕੁਝ ਹੈਗਾ, ਫਿਰ ਕੀ ਕੀਤਾ ਜੀ? ਲੋਕ ਤਾਂ ਇਹ ਸਮਝਦੇ ਨੇ ਜੀ ਇਹਦੇ ਨਾਲ ਅਸੀਂ ਐਟਲੀਸਟ ਲੋਕਾਂ ਨੂੰ ਜੋੜ ਰਹੇ ਹਾਂ, ਚਲੋ ਇੱਕ ਮੌਕਾ ਮਿਲਦਾ, ਇੱਕ ਸੋਸ਼ਲ ਗੈਦਰਿੰਗ ਹੋ ਜਾਂਦੀ ਹੈ, ਨਾਲ ਆਪਣਾ ਗੁਰੂ ਦੀ ਅਸੀਂ ਗੱਲ ਵੀ ਸੁਣ ਲੈਂਦੇ ਹੈਗੇ ਹਾਂ, ਕੁਝ ਦੇਰ ਲਈ ਤਾਂ ਕੁਝ ਹੋ ਰਿਹਾ ਹੈਗਾ। ਜੇ ਇਹ ਵੀ ਬੰਦ ਹੋ ਜਾਏਗਾ ਤਾਂ ਫਿਰ ਕਿਸ ਤਰ੍ਹਾਂ ਅੱਗੇ ਕੌਮ ਜਿਹੜੀ ਹੈਗੀ ਹੈ ਅੱਗੇ ਪ੍ਰੋਗਰੈਸ ਕਰ ਸਕੇਗੀ, ਜਾਂ ਅਸੀਂ ਆਪਣੀ ਆਉਣ ਵਾਲੀ ਪਨੀਰੀ ਨੂੰ ਕਿਵੇਂ ਅਸੀਂ ਸਿੱਖੀ ਨਾਲ ਜੋੜ ਸਕਾਂਗੇ? ਇਹ ਇਸ਼ੂਜ਼ ਦੇ ਉੱਤੇ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਆ ਕੇ ਤੁਹਾਡੇ ਨਾਲ ਇੱਥੋਂ ਹੀ ਡਿਸਕਸ਼ਨ ਸ਼ੁਰੂ ਕਰ। ਕੇਅਰਿੰਗ, ਕੰਫਰਟੇਬਲ ਐਂਡ ਕਟਿੰਗ ਐਜ ਪੈਸੀਫਿਕ ਓਰਲ ਹੈਲਥ ਸੈਂਟਰ, ਉਹ ਥਾਂ ਜਿੱਥੇ ਵਾਜਿਬ ਕੀਮਤਾਂ ਵਿੱਚ ਬਿਹਤਰੀਨ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਰੂਟ ਕਨਾਲਸ ਐਕਸਟ੍ਰੈਕਸ਼ਨਸ ਜਾਂ ਬਿਨਾਂ ਦਰਦ ਐਸਥੈਟਿਕ ਫ੍ਰੀ ਲੇਜ਼ਰ ਡੈਂਟਿਸਟਰੀ, ਪੈਸੀਫਿਕ ਓਰਲ ਹੈਲਥ ਸੈਂਟਰ ਲੈ ਕੇ ਆਏ ਹਨ ਸਭ ਤੋਂ ਐਡਵਾਂਸ ਟੈਕਨੋਲੋਜੀ, ਬਿਨਾਂ ਕਿਸੇ ਇੰਸ਼ੋਰੈਂਸ ਜਾਂ ਇਨਕਮ ਸਟੈਟਸ ਦੇ ਵੀ ਤਸੱਲੀ ਬਖਸ਼ ਸੇਵਾਵਾਂ ਪ੍ਰਦਾਨ ਕਰਦੇ ਹਨ ਪੈਸੀਫਿਕ ਓਰਲ ਹੈਲਥ ਸੈਂਟਰ। ਕਾਲ 604-536-2700। ਇਹ ਅਧਿਆਤਮਕ ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸ਼ਿੰਦਾ ਅਹੀਰ ਵੱਲੋਂ ਸਪਾਂਸਰ ਕੀਤਾ ਗਿਆ ਹੈ। ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ। ਗੱਲਬਾਤ ਚੱਲ ਰਹੀ ਜੀ ਹਰਗੁਰਚੇਤ ਸਿੰਘ ਗਿੱਲ ਨਾਲ ਕਿ ਕਿਸ ਤਰੀਕੇ ਨਾਲ ਸਿੱਖ ਸਿਧਾਂਤਾਂ ਤੋਂ ਅਸੀਂ ਮੂੰਹ ਮੋੜਦੇ ਰਹੇ ਹਾਂ, ਅਤੇ ਇਸ ਕਰਕੇ ਹੀ ਅੱਜ ਸਾਰੀ ਜੋ ਹੈ ਕੌਮ ਉਹ ਬਹੁਤ ਹੀ ਇੱਕ ਐਸੇ ਨਾਜ਼ੁਕ ਟਾਈਮ ਵਿੱਚ ਪਹੁੰਚੀ ਹੋਈ ਹੈ ਜਿੱਥੇ ਕਿ ਸਮੱਸਿਆਵਾਂ ਸਾਡੇ ਸਾਹਮਣੇ ਵਧੀਆਂ ਜਾ ਰਹੀਆਂ ਨੇ। ਪਰ ਇਸ ਵਾਸਤੇ ਕੌਣ ਜ਼ਿੰਮੇਵਾਰ ਹੈ? ਕੀ ਅਸੀਂ ਸਿਰਫ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਈਏ, ਜਾਂ ਸਾਡਾ ਵੀ ਆਪਣਾ ਯੋਗਦਾਨ ਜਿਹੜਾ ਹੈਗਾ ਇਸ ਵਿੱਚ ਹੈਗਾ? ਆਓ ਇਸ ਇਸ਼ੂ ਉੱਤੇ ਹੋਰ ਗੱਲਬਾਤ ਕਰਕੇ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਸੋ ਬ੍ਰੇਕ ਤੋਂ ਪਹਿਲਾਂ ਜਿਹੜਾ ਮੇਰਾ ਸਵਾਲ ਸੀ ਜੀ ਕਿ ਫਿਰ ਕੀ ਕੀਤਾ ਜਾਏ? ਲੋਕਾਂ ਨੂੰ ਤਾਂ ਇਕੱਠੇ ਕਰਨਾ ਹੀ ਹੈਗਾ, ਕੋਈ ਫੰਕਸ਼ਨ ਹੈਗਾ, ਸੈਲੀਬ੍ਰੇਸ਼ਨ ਹੈਗੀ ਹੈ, ਕਾਰਨਾਮਾ ਲਿਆ, ਉੱਥੇ ਲੋਕ ਆਉਣਗੇ, ਗੁਰੂ ਸਾਹਿਬ ਦੇ ਚਰਨ ਪਾਉਣੇ ਨੇ ਉੱਥੇ, ਅਸੀਂ ਇਹ ਸਾਡੀ ਸੋਚ ਨਾਲ ਅਸੀਂ ਸਾਰਾ ਕੁਝ ਕਰਦੇ ਹਾਂ ਜੀ। ਤੋ ਇਹਦੇ ਨਾਲ ਫਿਰ ਤੁਸੀਂ ਕੀ ਸਮਝਦੇ ਹੋ, ਕਿਉਂ ਕਿੱਥੇ ਉਹ ਕਮੀ ਜਿਹੜੀ ਆ ਰਹੀ ਹੈ ਜਿਹਦੇ ਨਾਲ ਕਿ ਅਸੀਂ ਸਿਰਫ ਇਹ ਇੱਕ ਜੇ ਮੈਂ ਕੋਰਟਸ ਕਹਾਂ ਕਰਮ ਕਾਂਡ ਤਾਂ ਸ਼ਾਇਦ ਕਰ ਲਿਆ, ਪਰ ਜੋ ਗੁਰੂ ਦਾ ਸਿਧਾਂਤ ਸੀ ਉਸ ਤੋਂ ਸ਼ਾਇਦ ਅਸੀਂ ਪੁੱਠੇ ਚਲੇ ਗਏ? ਤੁਸੀਂ ਆਪੇ ਆਂਸਰ ਕਰ ਲਿਆ। ਤੁਸੀਂ ਇੱਕ ਚੀਜ਼ ਸੋਚੋ, ਅਸੀਂ ਕਹਿੰਦੇ ਗੁਰੂ ਮਹਾਰਾਜ ਦੇ ਚਰਨ ਪਾਉਣੇ ਨੇ, ਬੜੀ ਅੱਛੀ ਸੋਚ ਆ। ਅਤੇ ਅਸੀਂ ਇੱਕ ਕਹਿੰਦੇ ਗੁਰੂ ਮੇਰੇ ਸੰਗ ਸਦਾ ਹੈ ਨਾਲ, ਕੰਟਰਡਿਕਟਰੀ ਹੋ ਗਿਆ। ਅਸੀਂ ਕਿਉਂ ਨਹੀਂ ਗੁਰੂ ਸਾਹਿਬ ਨੂੰ ਹਮੇਸ਼ਾ ਹੀ ਆਪਣੇ ਘਰ ਵਿੱਚ ਪਰਮਾਨੈਂਟ ਰੱਖਦੇ? ਸਾਡੀ ਜਿਹੜੀ ਇਹ ਤਰਾਸਦੀ ਆ, ਜਿਹੜਾ ਸਾਡਾ ਇਹ ਖਾਲੀਪਨ ਆ, ਇਹ ਉੱਥੇ ਪੂਰਾ ਨਹੀਂ ਹੋ ਜਾਂਦਾ? ਅਸੀਂ ਕਿਉਂ ਨਹੀਂ ਜਿਸ ਵੇਲੇ ਵੀ ਘਰ ਦੇ ਵਿੱਚ ਆ ਪਾਉਂਦੇ ਹਾਂ, ਹਾਂ ਸਾਡੀਆਂ ਮਜ਼ਬੂਰੀਆਂ ਹੋਏ, ਜਗ੍ਹਾ ਥੋੜ੍ਹੀ ਆ, ਸਾਨੂੰ ਉੱਥੇ ਪਵਿੱਤਰਤਾ ਚਾਹੀਦੀ ਆ, ਸਾਡੇ ਕੋਲ ਅਸੀਂ ਗੁਟਕਾ ਸਾਹਿਬ ਲੈ ਕੇ ਵੀ ਤਾਂ ਪਾਠ ਕਰਦੇ ਹਾਂ। ਤੁਹਾਡੇ ਕੋਲ ਜਦੋਂ ਮਹਾਰਾਜ ਨੇ ਇੰਨਾ ਵੱਡਾ ਕਰ ਦਿੱਤਾ, ਤੁਹਾਡੇ 'ਤੇ ਬੜੀ ਮਿਹਰ ਹੋਈ ਆ, ਅਤੇ ਤੁਸੀਂ ਉੱਥੇ ਕਿਉਂ ਨਹੀਂ ਮਹਾਰਾਜ ਦਾ ਪ੍ਰਕਾਸ਼ ਵੀ ਆਪ ਕਰ ਲੈਂਦੇ, ਕਿਉਂ ਡਰਦੇ ਉਸ ਚੀਜ਼ ਤੋਂ? ਵੇਦ ਵੀ ਦਾ ਇੱਕ ਬੜਾ ਵੱਡਾ ਕੋਨਸੈਪਟ ਸਾਡੇ ਦਿਮਾਗ 'ਚ ਪਾ ਦਿੱਤਾ ਗਿਆ। ਤੁਸੀਂ ਇੱਕ, ਮੈਂ ਤੁਹਾਨੂੰ ਇੱਥੇ ਰੋਕ ਦਿੰਦਾ, ਗੁਰੂ ਗ੍ਰੰਥ ਸਾਹਿਬ ਮੇਰੇ ਨਹੀਂ, ਤੁਹਾਡੇ ਨਹੀਂ, ਬਿਲਕੁਲ ਸਾਂਝੀ ਗੱਲ ਤਾਂ, ਹਿੰਦੂ ਦੇ ਨਹੀਂ, ਸਿੱਖ ਦੇ ਨਹੀਂ, ਮੁਸਲਮਾਨ ਦੇ ਨਹੀਂ, ਕਿਸੇ ਦੇ ਨਹੀਂ, ਇਹ ਜਗਤ ਗੁਰੂ ਨੇ। ਠੀਕ, ਜੇ ਇਕੱਲੇ ਹੁੰਦੇ ਤਾਂ ਵੇਦਾਂ ਦੀ ਤਰ੍ਹਾਂ ਅਲੱਗ ਲਿਖੇ ਜਾਣੇ ਸੀ, ਕੁਰਾਨ ਦੀ ਤਰ੍ਹਾਂ ਅਲੱਗ ਲਿਖੇ ਜਾਣੇ ਸੀ, ਬਾਈਬਲ ਦੀ ਤਰ੍ਹਾਂ ਅਲੱਗ ਲਿਖੇ ਜਾਣੇ ਸੀ। ਦੁਨੀਆਂ ਦੇ ਵਿੱਚ ਇੱਕੋ ਹੀ ਕੋਨਸੈਪਟ ਆ ਜਿਹਦੇ ਵਿੱਚ
ਕਿਸੇ ਨਾਲ ਭੇਦਭਾਵ ਨਹੀਂ। ਠੀਕ। ਅੱਜ ਪੰਜਾਬ ਵਿੱਚ ਤ੍ਰਾਸਦੀ ਹੋਈ ਬਹੁਤ ਵੱਡੀ, ਮੈਂ ਇਸੇ ਟਾਈਮ ਦੇਖ ਕੇ ਆਇਆ। ਸੁਣਨ ਵਾਲਿਆਂ ਨੂੰ ਸ਼ਾਇਦ ਮੇਰੀ ਗੱਲ ਇਹ ਥੋੜ੍ਹੀ ਬੁਰੀ ਲੱਗੇ, ਲੇਕਿਨ ਇਹ ਫੈਕਟ ਆ। ਅੱਜ ਸਾਡੇ ਹਰ ਜਗ੍ਹਾ ਦੇ ਉੱਤੇ ਰਾਮਗੜੀਆਂ ਦਾ ਗੁਰਦੁਆਰਾ ਵੱਖਰਾ ਹੋ ਗਿਆ, ਰਵੀਦਾਸੀਆਂ ਦਾ ਵੱਖਰਾ ਹੋ ਗਿਆ, ਜੱਟਾਂ ਦਾ ਵੱਖਰਾ ਹੋ ਗਿਆ, ਭਾਪਿਆਂ ਦਾ ਵੱਖਰਾ ਹੋ ਗਿਆ। ਇਹ ਕੀ ਕੌਨਸੈਪਟ ਕਰ ਦਿੱਤਾ ਸੀ? ਅਸੀਂ ਫਿਰ ਕਿਹੜੇ ਗੁਰੂ ਦੀ ਗੱਲ ਕਰੀਏ? ਫਿਰ ਅਸੀਂ ਤੋੜਨ ਦਾ ਸਿਧਾਂਤ ਲਿਆ ਕਿ ਜੋੜਨ ਦਾ? ਜੋੜਨ ਦਾ, ਬਿਲਕੁਲ। ਜੇ ਅੱਜ ਅਸੀਂ ਰਵਿਦਾਸ ਦਾ ਗੁਰਦੁਆਰਾ ਵੱਖਰਾ ਬਣਾਉਣਾ ਚਾਹੁੰਦੇ ਹਾਂ, ਪੰਜਾਬ ਵਿੱਚ ਇੱਥੇ ਤੱਕ ਵੀ ਲੋਕਾਂ ਵਿੱਚ ਲੜਾਈ ਪੈ ਗਈ ਕਿ ਗੁਰੂ ਮਹਾਰਾਜ ਵਿੱਚੋਂ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਰਵਿਦਾਸ ਜੀ ਦੀ ਬਾਣੀ ਅਲੱਗ ਕੱਢ ਦਿਓ। ਮੈਨੂੰ ਬੜਾ ਫਿਕਰ ਪਿਆ ਆ, ਅਸੀਂ ਬੇਅਦਬੀ ਦੀ ਗੱਲ ਕਰਦੇ ਹਾਂ ਜੋ ਸਿਚੁਏਸ਼ਨ ਆ ਉੱਥੇ, ਕਿਉਂਕਿ ਡੇਰਾਬਾਦ ਦਾ ਜ਼ੋਰ ਆ। ਬਿਲਕੁਲ। ਹਰ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਤਾਂ ਬਣ ਗਏ ਨੇ ਜੀ, ਤੁਸੀਂ ਜਾ ਕੇ ਦੇਖੋ। ਨਿਸ਼ਾਨ ਸਾਹਿਬ ਦੀ ਜਗ੍ਹਾ ਦੇ ਉੱਤੇ ਸੋਹੋਂ ਲਿਖਿਆ ਗਿਆ, ਅੰਦਰ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਜੀ। ਫਿਰ ਅਸੀਂ ਜੋੜਿਆ ਕਿ ਤੋੜਿਆ? ਸਾਡੀ ਤ੍ਰਾਸਦੀ ਕੀ ਹੋਈ? ਅਸੀਂ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਪੂਰਨ ਪ੍ਰਕਾਸ਼ ਆਪਣੇ ਘਰ ਵਿੱਚ ਕੀਤਾ, ਜਿਹੜਾ ਅਸੀਂ ਕਦੀ ਉਹਦੇ ਮਗਰ ਗਏ, ਕਦੀ ਉਹਦੇ ਮਗਰ ਗਏ, ਤੂੰ ਮੈਨੂੰ ਮਤਲਬ ਦੱਸ ਦੇ, ਤੂੰ ਮੇਰੇ ਲਈ ਪਾਠ ਕਰ ਦੇ, ਇਹ ਨਾਲ ਅੱਛਾ ਨਹੀਂ? ਸਵੇਰੇ ਸੁੱਤੇ ਉੱਠਦੇ ਹੋ, ਤੁਹਾਡੇ 'ਤੇ ਤਲਵਾਰ ਥੋੜ੍ਹੀ ਤਰੀ ਆ ਕਿ ਤੁਸੀਂ ਅੱਜ ਇੱਕ ਘੰਟਾ ਬਾਣੀ ਪੜ੍ਹਨੀ ਆ। ਤੁਸੀਂ 5 ਮਿੰਟ ਬੈਠੋ, ਆਪਣੇ ਗੁਰੂ ਨਾਲ ਗੱਲ ਤਾਂ ਕਰੋਗੇ। ਤੁਸੀਂ ਜ਼ਰੂਰੀ ਨਹੀਂ ਕਿ ਤੁਸੀਂ ਉਹਦੇ ਵਿੱਚੋਂ 15 ਪੰਨੇ ਅੱਜ ਕੀਤੇ ਨੇ, ਤੁਸੀਂ ਇੱਕ ਅੰਗ ਕਰ ਲਓ, ਅੱਧਾ ਅੰਗ ਕਰ ਲਓ। ਤੁਹਾਡੇ ਉੱਤੇ ਇਹ ਵੀ ਤਲਵਾਰ ਨਹੀਂ ਕਿ ਤੁਸੀਂ 40 ਦਿਨਾਂ ਦੇ ਵਿੱਚ ਜਾਂ 48 ਘੰਟਿਆਂ ਵਿੱਚ ਭੋਗ ਪਾਉਣਾ। ਅਖੰਡ ਪਾਠ ਦਾ ਤੁਸੀਂ ਕੌਨਸੈਪਟ ਦੇਖੋਗੇ, ਤੁਸੀਂ ਸੌਂ ਜਾਂਦੇ ਹੋ, ਗਿਆਨੀ ਜੀ ਰਾਤ ਨੂੰ ਕਣਕ ਦੀ ਵਾਢੀ ਦੀ ਤਰ੍ਹਾਂ ਫਟਾਫਟ ਕਹਿੰਦੇ ਨੇ ਵੀ ਆਹ ਮੈਂ ਖੇਤ ਬੰਨੇ ਲਾ ਦਿਆਂ, ਕਿਉਂਕਿ ਮੇਰਾ ਭੋਗ ਪਾਉਣ ਦਾ ਟਾਈਮ ਜਿਹੜਾ ਨਾ ਉਹ 11 ਵਜੇ ਤੋਂ ਪਹਿਲਾਂ ਦਾ, ਮੇਰੇ ਕੋਲ ਟਾਈਮ ਹੈ ਨਹੀਂ ਹਾਲੇ, ਇੰਨੇ ਅੰਗ ਹੋ ਜਾਂਦੇ ਕਰਾਂਗੇ ਕਿੱਦਾਂ? ਅਤੇ ਫਿਰ ਗਿਆਨੀ ਟੋਲੇ ਜਾਂਦੇ ਨੇ, ਤੇਜ਼ ਪਾਠ ਕੌਣ ਕਰੇਗਾ? ਸਾਡੀ ਆਹ ਤ੍ਰਾਸਦੀ ਹੈ, ਅਸੀਂ ਇਸ ਲੈਵਲ 'ਤੇ ਬੈਠੇ ਹਾਂ ਕਿ ਅਸੀਂ ਕਹਿੰਦੇ ਫਟਾਫਟ ਗੁਰੂ ਦੇ ਕੋਲੋਂ ਦੌੜ ਜਾਈਏ, ਇਹਨੂੰ ਪੜ੍ਹੀਏ ਨਾ। ਤੁਸੀਂ ਇੱਕ ਅੰਗ ਕਰੋ, ਤੁਹਾਨੂੰ 700 ਦਿਨ ਲੱਗੇਗਾ, 2 ਸਾਲ ਲੱਗਣਗੇ, ਕਿਉਂਕਿ ਮੈਨੂੰ ਲੱਗਦੇ ਨੇ 2 ਸਾਲ ਲੱਗਣਗੇ ਨਾ। ਤੁਸੀਂ 2 ਸਾਲਾਂ ਵਿੱਚ ਕੁਛ ਤਾਂ ਸਿੱਖ ਲਓਗੇ, ਕੁਛ ਤਾਂ ਤੁਹਾਡੇ ਪੱਲੇ ਪੈ ਜਾਏਗਾ। ਪਰ ਇੱਥੇ ਵਰੇ ਦੇ ਵਰੇ ਨਿਕਲੇ ਜਾ ਰਹੇ ਨੇ, ਅਤੇ ਉਹੀ ਸੇਮ ਕੌਨਸੈਪਟ ਹੋਰ ਡੀਪ ਹੁੰਦਾ ਜਾ ਰਿਹਾ। ਉਹ ਕੌਨਸੈਪਟ ਡੀਪ ਹੀ ਨਹੀਂ ਹੁੰਦਾ ਜਾ ਰਿਹਾ, ਉਹ ਕੌਨਸੈਪਟ ਜਿਹੜਾ ਸਾਡਾ ਕਲੇਸ਼ ਦਾ ਕਾਰਨ ਬਣ ਗਿਆ। ਕੌਮ ਤਾਂ ਫਟ ਗਈ ਇਸ ਗੱਲ ਦੇ ਵਿੱਚ ਆ ਕੇ। ਬਿਲਕੁਲ। ਹੋਇਆ ਕੀ ਆ, ਇਹ ਜਿਹੜਾ ਕੌਨਸੈਪਟ ਆਇਆ ਨਾ, ਇਹ ਆਇਆ ਧਰਮ ਨੂੰ ਧੰਦਾ ਬਣਾਉਣ ਦਾ ਕੌਨਸੈਪਟ। ਅੱਜ ਹਿੰਦੁਸਤਾਨ ਦੇ ਮੰਦਰਾਂ ਦੇ ਵਿੱਚੋਂ ਕਿੰਨੇ ਟਨਾਂ ਦੇ ਟਨ ਸੋਨਾ ਨਿਕਲ ਰਿਹਾ ਜੀ, ਕਿੱਥੇ ਵਰਤਿਆ ਜਾ ਰਿਹਾ? ਉਸ ਮੁਲਕ ਦੇ ਵਿੱਚ ਜਿੱਥੇ ਅੱਜ ਵੀ ਸਿਚੁਏਸ਼ਨ ਇਹੋ ਜਿਹੀ ਆ, ਜਿੱਥੇ ਅੱਜ ਵੀ 18% ਲੋਕ ਰਾਤ ਨੂੰ ਭੁੱਖੇ ਸੌਂਦੇ ਨੇ, 18% ਹਿੰਦੁਸਤਾਨੀਆਂ ਨੂੰ ਰਾਤ ਦਾ ਖਾਣਾ ਨਹੀਂ ਮਿਲ ਰਿਹਾ ਅਤੇ ਮੰਦਰ ਸੋਨਿਆਂ ਲੱਦਿਆ ਹੋਇਆ, ਇਹ ਕੌਨਸੈਪਟ ਕਿਹਨੇ ਦਿੱਤਾ? ਠੀਕ। ਅਤੇ ਅਸੀਂ ਕਿੱਥੇ ਗਏ ਫਿਰ? ਅਸੀਂ ਕੀ ਉਹਦੇ, ਅਸੀਂ ਵੱਖਰਾ ਕੀ ਕੀਤਾ? ਅਸੀਂ ਵੀ ਗੁਰਦੁਆਰਿਆਂ ਦੇ ਗੁੰਬਦਾਂ ਦੇ ਉੱਤੇ ਲਗਾਤਾਰ ਸੋਨਾ ਚੜ੍ਹਾ ਦਿੱਤਾ। ਬਿਲਕੁਲ, ਕਿਉਂਕਿ ਸਾਡੇ ਕੋਲ ਮਾਇਆ ਹੈਗੀ, ਅਸੀਂ ਮਾਇਆ ਜਿਹੜੀ ਆਪਣੇ ਗੁਰੂ ਨੂੰ ਅਰਪਣ ਕਰਨਾ ਚਾਹੁੰਦੇ ਹੈਗੇ, ਤਾਂ ਇਸ ਕਰਕੇ ਅਸੀਂ ਉਹ ਸੋਨਾ ਚੜ੍ਹਾ ਰਹੇ ਹਾਂ ਆਪਣੇ। ਹਰਪ੍ਰੀਤ ਸਿੰਘ ਜੀ, ਸੋਰੀ ਮੈਂ ਤੁਹਾਡੀ ਗੱਲ ਨੂੰ ਕੱਟ ਰਿਹਾ, ਗੁਰੂ ਤਾਂ ਕਹਿੰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ। ਮਾਇਆ ਧਾਰੀ ਅਤ ਅੰਨਾ ਬੋਲਾ, ਇਹੀ ਗੁਰੂ ਨੇ ਸਾਨੂੰ ਸਿਧਾਂਤ ਦਿੱਤਾ ਕਿ ਮਾਇਆ ਜਿਹੜੀ ਹੈਗੀ ਹੈ ਉਹ ਨੇਕ ਕੰਮਾਂ 'ਚ ਲੱਗੇ, ਪਰ ਅਸੀਂ ਇਹ ਸੋਚ ਲਿਆ ਕਿ ਅਸੀਂ ਗੁਰਦੁਆਰਿਆਂ 'ਤੇ ਚੜ੍ਹਾ ਕੇ ਜਾਂ ਇਸ ਤਰ੍ਹਾਂ ਦੇ ਕੰਮ ਕਰਕੇ ਸਾਡੀ ਜਿਹੜੀ ਮਾਇਆ ਹੈਗੀ ਉਹ ਸਫਲ ਹੋਏਗੀ। ਇੱਥੇ ਹੀ ਬ੍ਰੇਕ ਲੈ ਕੇ ਇੱਥੋਂ ਹੀ ਅੱਗੇ ਕੰਟੀਨਿਊ ਕਰਦੇ ਹਾਂ ਕਿ ਮਾਇਆ ਦਾ ਸਹੀ ਇਸਤੇਮਾਲ ਜਿਹੜਾ ਗੁਰੂ ਨੇ ਸਾਨੂੰ ਦੱਸਿਆ ਉਹ ਕੀ ਹੋ ਸਕਦਾ ਹੈ ਜਿੱਥੇ ਅਸੀਂ ਸੈਲੀਬ੍ਰੇਟ ਕਰਨਾ ਹੈ। ਬਿਲਕੁਲ, ਹਰ ਬੰਦੇ ਦੇ ਵਿੱਚ ਜੀਵਨ 'ਚ ਖੁਸ਼ੀ ਆਉਂਦੀ ਹੈ, ਗਮੀ ਆਉਂਦੀ ਹੈ, ਪਰ ਉਸ ਸਮੇਂ ਦੇ ਵਿੱਚ ਅਸੀਂ ਫਿਰ ਗੁਰੂ ਨਾਲ ਕਿਵੇਂ ਜੁੜੀਏ, ਕੀ ਕੁਛ ਕਰਨ ਦੀ ਲੋੜ ਹੈ ਕਿ ਉਹੀ ਮਾਇਆ ਜਿਹੜੀ ਅਸੀਂ $4,000-5,000 ਲਾ ਕੇ ਅਖੰਡ ਪਾਠ ਰਖਵਾਇਆ, ਲੰਗਰ ਛਕਾਇਆ, ਉਸ ਤੋਂ ਬਾਅਦ ਗੱਲਾਂ ਸੁਣੀਆਂ ਕਿ ਇਹ ਠੀਕ ਨਹੀਂ ਸੀ, ਉਹ ਠੀਕ ਨਹੀਂ ਸੀ,
ਇਹੀ ਮਾਇਆ ਦਾ ਕੀ ਸਹੀ ਉਪਯੋਗ ਵੀ ਹੋ ਸਕਦਾ ਕਿ ਉਹਨਾਂ ਭਰਾਵਾਂ ਭੈਣਾਂ ਨੂੰ ਜਿਹਨਾਂ ਨੂੰ ਕਿ ਵਾਕਿਆ 'ਚ ਹੀ ਲੋੜ ਹੈ ਉਹਨਾਂ ਨੂੰ ਇਹ ਦੇ ਦਿੱਤਾ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ? ਬਹੁਤ ਸਾਰੀਆਂ ਸੰਸਥਾਵਾਂ ਵੀ ਕੰਮ ਕਰ ਰਹੀਆਂ, ਸੋ ਇਹਨਾਂ ਇਸ਼ੂਜ਼ 'ਤੇ ਕੁਝ ਗੱਲਬਾਤ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ। ਪਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ, ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604-825-9295। ਇਹ ਅਧਿਆਤਮਿਕ ਸੈਗਮੈਂਟ ਅਹੀਰ ਟਰਾਂਸਪੋਰਟੇਸ਼ਨ ਦੇ ਸਿੰਧਾ ਅਹੀਰ ਵੱਲੋਂ ਸਪਾਂਸਰ ਕੀਤਾ ਗਿਆ ਹੈ। ਆਪਣੀਆਂ ਸਾਰੀਆਂ ਟਰਾਂਸਪੋਰਟੇਸ਼ਨ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਯਾਦ ਰੱਖੋ ਅਹੀਰ ਟਰਾਂਸਪੋਰਟੇਸ਼ਨ। ਅੱਜ ਸ਼ਾਇਦ ਮਾਇਆ ਦੇ ਜਾਲ ਵਿੱਚ ਅਸੀਂ ਇੰਨਾ ਫਸ ਗਏ ਅਤੇ ਇਸ ਹੰਕਾਰ ਵਿੱਚ ਅਸੀਂ ਫਸ ਗਏ ਕਿ ਅਸੀਂ ਗੁਰੂ ਤੱਕ ਪਹੁੰਚ ਲਈ ਇਹ ਸਮਝਿਆ ਕਿ ਮਾਇਆ ਨਾਲ ਹੀ ਅਸੀਂ ਗੁਰੂ ਤੱਕ ਪਹੁੰਚ ਸਕਦੇ ਹਾਂ। ਪਰ ਮਾਇਆ ਬਾਰੇ ਤਾਂ ਗੁਰੂ ਸਾਹਿਬ ਨੇ ਸਾਨੂੰ ਕੁਝ ਹੋਰ ਹੀ ਦੱਸਿਆ ਸੀ। ਅਸੀਂ ਤਾਂ ਸਾਖੀਆਂ ਵੀ ਸੁਣਾਉਂਦੇ ਹਾਂ ਭਾਈ ਲਾਲੋ ਦੀਆਂ ਕਿ ਜਿੱਥੇ ਗੁਰੂ ਸਾਹਿਬ ਨੇ ਜਾ ਕੇ ਖਾਣੇ 'ਚੋਂ ਦੁੱਧ ਅਤੇ ਖੂਨ ਜਿਹੜਾ ਉਹ ਨਿਚੋੜ ਕੇ ਦੱਸਿਆ। ਇਹ ਕਹਾਣੀਆਂ ਅਸੀਂ ਸੁਣਦੇ ਹਾਂ, ਅੱਜ ਸੁਣਾਉਂਦੇ ਵੀ ਹਾਂ, ਪਰ ਜਦੋਂ ਅਸੀਂ ਆਪ 'ਤੇ ਗੱਲ ਆਉਂਦੀ ਹੈ ਤਾਂ ਅਸੀਂ ਫਿਰ ਉਹਨਾਂ ਹੀ ਚੀਜ਼ਾਂ 'ਚ ਗ੍ਰਸਤ ਹੁੰਦੇ ਜਾ ਰਹੇ ਹਾਂ ਜਿੱਥੋਂ ਕਿ ਗੁਰੂ ਨੇ ਸਾਨੂੰ ਵਰਜਿਤ ਕੀਤਾ ਸੀ। ਸਿੱਖ ਸਿਧਾਂਤ ਕੀ ਹਨ, ਇਹਨਾਂ ਇਸ਼ੂਜ਼ 'ਤੇ ਅਸੀਂ ਗੱਲਬਾਤ ਕਰ ਰਹੇ ਹਾਂ। ਆਓ ਹਰਗੁਰਚੇਤ ਸਿੰਘ ਜੀ ਨਾਲ ਦੁਬਾਰਾ ਤੋਂ ਸਾਂਝ ਪਾ ਕੇ ਹੋਰ ਜਾਣਕਾਰੀ ਲੈ ਲਈਏ। ਸੋ ਮਾਇਆ ਦੇ ਸੰਬੰਧ ਵਿੱਚ ਜੋ ਤੁਸੀਂ ਗੱਲ ਕਰ ਰਹੇ ਸੀ ਕਿ ਅਲਟੀਮੇਟਲੀ ਸੈਲੀਬ੍ਰੇਸ਼ਨ ਤਾਂ ਕਰਨੀ ਹੈ ਨਾ ਭਾਈ ਸਾਹਿਬ, ਸੋ ਸੈਲੀਬ੍ਰੇਸ਼ਨ ਫਿਰ ਕਿਵੇਂ ਕੀਤੀ ਜਾਏ? ਗੁਰੂ ਨਾਲ ਤਾਂ ਅਸੀਂ ਜੁੜਨਾ ਹੀ ਹੈ, ਕੀ ਕੀਤਾ ਜਾਵੇ? ਹੁਣ ਆਪਾਂ ਕਿਹੜੀ ਕਿਹੜੀ ਸੈਲੀਬ੍ਰੇਸ਼ਨ ਦੀ ਗੱਲ ਕਰੀਏ? ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਕਿ ਕਲੱਬ ਦੇ ਵਿੱਚ ਵੀ ਚਲੇ ਗਏ ਸੀ। ਨਹੀਂ, ਉਹ ਤਾਂ ਸ਼ਾਮ ਦੇ ਵਿੱਚ ਵੀ ਆਏ ਸੀ। ਅੱਛਾ, ਸ਼ਾਮ ਦਾ ਉਹ ਤਾਂ ਸ਼ਾਮ ਦਾ ਪ੍ਰੋਗਰਾਮ ਹੈ, ਸਵੇਰੇ ਅਸੀਂ ਅਖੰਡ ਪਾਠ ਨਾਲ ਗੁਰੂ ਸਾਹਿਬ ਨਾਲ ਜੁੜਨਾ ਹੈ। ਬਿਲਕੁਲ, ਉਹ ਤਾਂ ਸ਼ਾਮ ਦੀ ਗੱਲ ਹੈ, ਸ਼ਾਮ ਨੂੰ ਤਾਂ ਅਸੀਂ ਟੱਚ ਹੀ ਨਹੀਂ ਕਰ ਰਹੇ, ਅਸੀਂ ਤਾਂ ਸਿੱਖ ਸਿਧਾਂਤ ਦੀ ਗੱਲ ਕਰ ਰਹੇ ਹਾਂ। ਠੀਕ ਹੈ, ਮੈਂ ਦੁਬਾਰਾ ਫਿਰ ਉਸੇ ਗੱਲ 'ਤੇ ਆਉਣਾ ਕਿ ਸਾਡੇ ਵਿੱਚ ਸਭ ਤੋਂ ਵੱਡੀ ਕਮੀ ਆਈ ਹੈ ਕਿਉਂਕਿ ਅਸੀਂ ਆਪਣੇ ਘਰ ਦੇ ਵਿੱਚ ਗੁਰੂ ਨੂੰ ਆਪਣੇ ਨਾਲ ਨਹੀਂ ਰੱਖਿਆ। ਇਹ ਬਹੁਤ ਵੱਡੀ ਤ੍ਰਾਸਦੀ ਸੀ। ਸ਼ਾਇਦ ਤੁਸੀਂ ਕਦੀ ਪਹਿਲਾਂ ਸੁਣਿਆ ਹੋਵੇ ਸਿੱਖ ਇਤਿਹਾਸ ਦੇ ਵਿੱਚ ਇਹ ਵਾਕਿਆਤ ਹੈਗੇ ਨੇ। ਤੁਹਾਨੂੰ ਅੱਜ ਵੀ ਬਹੁਤ ਛੋਟੇ ਛੋਟੇ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਿਲਦੇ ਨੇ। ਉਹ ਇਸ ਕਰਕੇ ਸੀ ਕਿ ਜਦੋਂ ਜੰਗਾਂ ਦੇ ਵਿੱਚ ਸਿੰਘਾਂ ਨੂੰ ਹੋਰ ਵਕਤ ਨਹੀਂ ਸੀ ਮਿਲਦਾ, ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕਣ ਦਾ ਜਾਂ ਹਰਿਮੰਦਰ ਸਾਹਿਬ ਆ ਕੇ ਇਸ਼ਨਾਨ ਕਰਨ ਦਾ ਵਕਤ ਨਹੀਂ ਸੀ ਮਿਲਦਾ, ਉਸ ਵੇਲੇ ਜੰਗਲਾਂ ਦੇ ਵਿੱਚ ਵਾਸਾ ਸੀ ਜੀ। ਲੇਕਿਨ ਉਹ ਗੁਰੂ ਸਾਹਿਬ ਨੂੰ ਆਪਣੇ ਕੋਲੋਂ ਨਹੀਂ ਸੀ ਛੱਡਦੇ, ਉਸ ਵੇਲੇ ਵੀ ਗੁਰੂ ਨੂੰ ਨਾਲ ਰੱਖਦੇ ਸੀ, ਉੱਥੇ ਵੀ ਬਾਣੀ ਪੜ੍ਹਦੇ ਸੀ, ਉਹ ਕੌਨਸੈਪਟ ਨਹੀਂ ਛੱਡਿਆ। ਸੇਵਾ ਦਾ ਕੌਨਸੈਪਟ ਸਰਦਾਰ ਕਪੂਰ ਸਿੰਘ ਨਾਲ, ਤੁਹਾਨੂੰ ਅੱਜ ਵੀ ਪਤਾ ਕਿ ਉਹ ਕਹਿੰਦੇ ਮੈਂ ਘੋੜਿਆਂ ਦੇ ਤਬੇਲੇ ਦੀ ਸੇਵਾ ਨਹੀਂ ਛੱਡਾਂਗਾ, ਬਾਦਸ਼ਾਹੀ ਨੂੰ ਮੈਂ ਲੱਤ ਮਾਰ ਦਾਂਗਾ। ਠੀਕ, ਕਿਉਂ? ਇਹ ਇੱਕ ਸਾਡਾ ਨਾ ਸਿਧਾਂਤ ਆ, ਅਸੀਂ ਅੱਜ ਸਿਧਾਂਤ ਤੋਂ ਉਖੜੇ ਹਾਂ ਨਾ। ਅਸੀਂ ਕਹਿੰਦੇ ਹਾਂ ਗੁਰੂ ਨੂੰ ਇਸ ਪਾਸੇ ਪਿੰਡ ਦੇ ਵਿੱਚ ਇੱਕ ਪਾਸੇ ਜਗ੍ਹਾ ਦੇ ਦਿਓ, ਗੁਰਦੁਆਰਾ ਬਣਾ ਦਿਓ। ਉਹੀ ਕੰਮ ਅਸੀਂ ਇੱਥੇ ਵੀ ਕੀਤਾ, ਅਸੀਂ ਹਰ ਮੋੜ ਦੇ ਉੱਤੇ ਗੁਰਦੁਆਰਾ ਬਣਾ ਦਿੱਤਾ। ਹੁਣ ਅਸੀਂ ਸਿਧਾਂਤ ਕਿੱਥੇ ਕਿੱਥੇ ਤੋੜਿਆ? ਅਸੀਂ ਪਹਿਲਾਂ ਤਾਂ ਘਰੋਂ ਗੁਰੂ ਘਰ ਤੱਕ ਲੈ ਕੇ ਇੱਕ ਉਹ ਫਰਕ ਪਾ ਲਿਆ, ਕੋਈ ਗੁਰਦੁਆਰੇ ਜਾ ਕੇ ਮੱਥਾ ਟੇਕ ਲਾਂਗੇ ਕਿਉਂਕਿ ਪਵਿੱਤਰ ਥਾਂ ਹੈ। ਪਵਿੱਤਰ ਕਿਹਨੇ ਕੀਤੀ? ਗੁਰੂ ਨਾਨਕ ਦੇ ਵੇਲੇ ਗੁਰਦੁਆਰਾ ਸਾਹਿਬ ਕਿੱਥੇ ਸੀ? ਅਤੇ ਗੁਰੂ ਨਾਨਕ ਕੀ ਲਿਖਦੇ ਨੇ? ਗੁਰਦੁਆਰਾ ਹੋਏ ਸੋਜੀ ਪਾਏ ਸੀ, ਇਹ ਬਾਣੀ ਤਾਂ ਗੁਰੂ ਨਾਨਕ ਦੀ ਆ। ਅਤੇ ਗੁਰਦੁਆਰਾ ਕਿੱਥੇ ਬਣੇ ਸੀ? ਫਿਰ ਕਿਸ ਗੁਰਦੁਆਰੇ ਦੀ ਗੱਲ ਕਰਦੇ ਸੀ? ਅੱਜ ਕਹਾਣੀ ਤਾਂ ਫਿਰ ਉੱਥੇ ਆ ਗਈ ਨਾ, ਸਾਨੂੰ ਇਹੀ ਨਹੀਂ ਪਤਾ ਲੱਗਾ ਗੁਰਦੁਆਰਾ ਕਹਿੰਦੇ ਕਿਹਨੂੰ ਨੇ। ਇਸੀ ਕਰਕੇ ਅਸੀਂ ਜਦੋਂ ਇਹੋ ਜਿਹੇ ਸਮੇਂ ਦੇ ਵਿੱਚ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਕੇ ਆਉਂਦੇ ਹਾਂ, ਸਵੇਰੇ ਅਖੰਡ ਪਾਠ ਕਰਾ ਕੇ ਉਸ ਸਥਾਨ ਨੂੰ ਪਵਿੱਤਰ ਕਰਦੇ ਹਾਂ, ਆਮ ਤੌਰ 'ਤੇ ਅਸੀਂ ਸੁਣਦੇ ਹਾਂ, ਫਿਰ ਤੁਸੀਂ ਉਸੇ ਥਾਂ ਨੂੰ ਪਵਿੱਤਰ ਕਰਕੇ ਸ਼ਾਮ ਨੂੰ ਉਸੇ ਥਾਂ 'ਤੇ ਦਾਰੂ ਪੀ ਕੇ ਉਹ ਤਾਂ ਫਿਰ ਅਪਵਿੱਤਰ ਕਰ ਲਏ, ਫਿਰ ਫਾਇਦਾ ਕੀ ਹੋਇਆ? ਉਹ ਤਾਂ ਸ਼ਾਮ ਦੀ ਗੱਲ ਹੈ ਨਾ, ਸਵੇਰੇ ਤਾਂ ਅਸੀਂ ਕੀਤਾ ਨਾ ਗੁਰੂ ਸਾਹਿਬ ਨਾਲ ਜੁੜੇ, ਤੁਸੀਂ ਸ਼ਾਮ ਨੂੰ ਉੱਥੇ ਰੰਗ ਬਣਗੀਆਂ ਬੋਲੀਆਂ ਵੀ ਪਾਈਆਂ, ਸਵੇਰੇ ਗੁਰੂ ਸਾਹਿਬ ਨਾਲ ਜੁੜੇ, ਫਿਰ ਉਹ ਪਵਿੱਤਰਤਾ ਅਤੇ ਅਪਵਿੱਤਰਤਾ ਤੁਸੀਂ ਕੀ ਕੀਤਾ ਉਹਦੇ ਵਿੱਚ? ਸੋ ਇਹਦੇ ਵਾਸਤੇ ਤਾਂ ਜਿਹੜੇ ਤੁਸੀਂ ਗੱਲ ਕਹੀ ਕਿ ਗੁਰੂ ਸਾਹਿਬ ਦਾ ਹੋਣਾ, ਗੁਰੂ ਗ੍ਰੰਥ ਸਾਹਿਬ ਦੀ ਭੀੜ ਜਿਹੜੀ ਹੈ ਸਾਡੇ ਘਰ 'ਚ ਹੋਣੀ ਚਾਹੀਦੀ, ਜਿੱਥੇ ਕਿ ਜੇਕਰ ਨਹੀਂ ਤੁਸੀਂ ਰੱਖ ਸਕਦੇ ਕਿਸੇ ਕਾਰਨ ਕਰਕੇ ਤਾਂ ਪਾਠ ਜਿਹੜਾ ਤੁਸੀਂ ਆਪ ਸਹਿਜੇ ਕਰੋ, ਭਾਵੇਂ ਇੱਕ ਤੁੱਕ ਪੜ੍ਹ ਲਓ ਰੋਜ਼ ਦੀ, ਉਸਨੂੰ ਸਮਝੋ, ਉਸਨੂੰ ਗ੍ਰਹਿਣ ਕਰੋ ਅਤੇ ਫਿਰ ਅੱਗੇ ਚੱਲੋ, ਨਾ ਕਿ ਇੱਕ ਸਿਸਟਮੈਟਿਕ ਰੈਪੀਟੇਸ਼ਨ ਰਹਿ ਜਾਏ ਜ਼ਿੰਦਗੀ ਦੇ ਵਿੱਚ। ਹਰਪ੍ਰੀਤ ਸਿੰਘ ਜੀ, ਮੈਂ ਸੋਰੀ ਤੁਹਾਡੀ ਗੱਲ ਦੇ ਵਿਚਾਲੇ ਬੋਲ ਪੈਣਾ, ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਕਿਸ ਚੀਜ਼ ਦੀ ਆ? ਅਸੀਂ ਇੱਥੇ ਕਿੰਨੀ ਦੇਰ ਜੀਵਾਂ ਜੀ?
ਕਿਸੇ ਨੇ 20 ਸਾਲ, ਕਿਸੇ ਨੇ 80 ਸਾਲ, ਕਿਸੇ ਨੇ 100 ਸਾਲ, ਇਹ ਸੰਸਾਰ 'ਤੇ ਅਸੀਂ ਛੱਡ ਕੇ ਜਾਣਾ। ਬਿਲਕੁਲ, ਇੱਥੇ ਅਸੀਂ ਇੱਕ ਕੌਨਸੈਪਟ ਦੀ ਗੱਲ ਕਰਦੇ ਹਾਂ, ਅਸੀਂ ਸਿੱਖੀ ਸਿਧਾਂਤਾਂ ਦੀ ਗੱਲ ਕਰਦੇ ਹਾਂ, ਇਹ ਧਰਮ ਦੀ ਗੱਲ ਨਹੀਂ ਮੈਂ ਕਰਦਾ, ਤੁਹਾਨੂੰ ਸਭ ਤੋਂ ਨੇੜੇ ਦੀ ਗੱਲ ਦੱਸਦੇ ਹਾਂ। ਕਿਉਂ? ਹਿੰਦੂ, ਸਿੱਖ, ਮੁਸਲਿਮ ਇਹ ਸਾਰੇ ਵੱਖਰੇ ਵੱਖਰੇ ਧਰਮ ਨੇ, ਇਹ ਬਣਾਏ ਨੇ ਅਸੀਂ। ਉਸ ਪਰਮੇਸ਼ਰ ਦਾ ਕੌਨਸੈਪਟ ਹਿੰਦੂ, ਸਿੱਖ ਅਤੇ ਮੁਸਲਮਾਨ ਦਾ ਨਹੀਂ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਮਾਨਸ ਕੀ ਜਾਤ ਸਭ ਇੱਕ ਹੈ, ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ ਵੋ। ਇਸੇ ਕਰਕੇ ਅਗਰ ਸਾਡੇ ਕੋਲ ਇੱਕ ਸਿਧਾਂਤ ਆ ਨਾ, ਉਸ ਸਿਧਾਂਤ ਨੂੰ ਘਰ ਘਰ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ। ਜੇ ਉਹ ਸਾਡੇ ਘਰ ਵਿੱਚ ਨਹੀਂ, ਇਹਦਾ ਮਤਲਬ ਸਮਝ ਲਓ ਕਿ ਅਸੀਂ ਉਸ ਸਿਧਾਂਤ ਤੋਂ ਟੁੱਟੇ ਹੋਏ ਹਾਂ। ਅਤੇ ਜੇ ਅਸੀਂ ਉਸ ਸਿਧਾਂਤ ਤੋਂ ਟੁੱਟੇ ਹੋਏ ਨਾ, ਜਿਹੜਾ ਸਿਧਾਂਤ ਤੋਂ ਟੁੱਟ ਗਿਆ ਉਹ ਫਿਰ ਨਾ ਘਰ ਦਾ ਅਤੇ ਨਾ ਘਾਟ ਦਾ, ਉਹ ਧੋਬੀ ਦਾ ਕੁੱਤਾ ਰਹਿ ਜਾਂਦਾ। ਦੁਬਾਰਾ ਵਾਪਸ ਮੈਂ ਉੱਥੇ ਆਉਂਦਾ ਕਿ ਘਰ ਦੇ ਵਿੱਚ ਕੋਈ ਸੈਲੀਬ੍ਰੇਸ਼ਨ ਹੈਗੀ, ਅਸੀਂ ਗੁਰੂ ਸਾਹਿਬ ਨਾਲ ਜੁੜਨਾ ਹੈਗਾ, ਲੋਕਾਂ ਨੂੰ ਵੀ ਬੁਲਾਉਣਾ, ਅਲਟੀਮੇਟਲੀ ਅਸੀਂ ਸਮਾਜ 'ਚ ਰਹਿੰਦੇ ਹੈਗੇ ਹਾਂ, ਸੋਸ਼ਲ ਐਨੀਮਲ ਹੈਗੇ ਹਾਂ ਅਸੀਂ, ਅਤੇ ਉਸੇ ਕਰਕੇ ਇੱਕ ਮੌਕਾ ਮਿਲਦਾ ਜਦੋਂ ਸਾਰੇ ਸਾਕ ਸੰਬੰਧੀ, ਰਿਸ਼ਤੇਦਾਰ, ਦੋਸਤ ਮਿੱਤਰ ਇਕੱਠੇ ਹੋ ਜਾਂਦੇ ਹਾਂ, ਅਸੀਂ ਗੁਰੂ ਸਾਹਿਬ ਦੇ ਕੀਰਤਨ ਵੀ ਕਰਵਾਉਂਦੇ ਹਾਂ, ਕਥਾ ਵੀ ਕੁਝ ਦੇਰ ਲਈ ਸੁਣ ਲੈਂਦੇ ਹਾਂ, ਲੰਗਰ ਵੀ ਆਫਕੋਰਸ ਅਸੀਂ ਛਕਾਉਣਾ ਹੁੰਦਾ ਅਤੇ ਛਕਣਾ ਹੁੰਦਾ। ਤਾਂ ਜੇ ਇਹ ਅਸੀਂ ਇਸ ਗੱਲ ਤੋਂ ਅਸੀਂ ਪਿੱਛੇ ਹਟ ਜਾਂਗੇ ਤਾਂ ਫਿਰ ਸਾਡੇ ਕੋਲ ਰਹਿ ਕੀ ਜਾਏਗਾ? ਫਿਰ ਤਾਂ ਸ਼ਾਮ ਵਾਲਾ ਤਾਂ ਕੰਮ ਤਾਂ ਹੈ ਹੀ ਹੈ, ਪਰ ਇਹ ਤਾਂ ਇੱਕੋ ਜ਼ਰੀਆ ਜਿਹਦੇ ਨਾਲ ਕਿ ਥੋੜ੍ਹੀ ਦੇਰ ਲਈ ਚਲੋ ਅਸੀਂ ਜੁੜ ਰਹੇ ਹਾਂ ਗੁਰੂ ਸਾਹਿਬ ਨਾਲ। ਮੈਂ ਉਸੇ ਗੱਲ 'ਤੇ ਫਿਰ ਵਾਪਸ ਆਉਣਾ ਕਿ ਅਸੀਂ ਗੁਰੂ ਨੂੰ ਬਾਹਰੋਂ ਲੈਣ ਕਿਉਂ ਜਾਈਏ? ਸਾਨੂੰ ਕਿਉਂ ਜ਼ਰੂਰਤ ਪਵੇ ਅਸੀਂ ਗੁਰੂ ਨੂੰ ਬਾਹਰੋਂ ਲੈਣ ਚੱਲਦੇ ਹਾਂ? ਅਸੀਂ ਘਰ ਵਿੱਚ ਆਪ ਰਹਿੰਦੇ ਹਾਂ, ਗੁਰੂ ਸਾਡਾ ਬਾਹਰ ਕਿਤੇ ਹੋਏਗਾ, ਅਸੀਂ ਜਾ ਕੇ ਲੈ ਕੇ ਆਈਏ, ਗੁਰੂ ਨੂੰ ਲਿਆਓ, ਅਸੀਂ ਸੈਲੀਬ੍ਰੇਸ਼ਨ ਕਰਨੀ ਆ ਜੀ, ਅਤੇ ਮੁੜ ਕੇ ਕਹੀਏ ਗੁਰੂ ਤੂੰ ਚਲੇ ਚੱਲ, ਹੁਣ ਸਾਨੂੰ ਆਪਣੀ ਸੈਲੀਬ੍ਰੇਸ਼ਨ ਕਰਨ ਦੇ। ਇਹ ਕੌਨਸੈਪਟ ਜਿਹੜਾ ਨਾ, ਅਸੀਂ ਇੱਥੋਂ ਹੀ ਤਾਂ ਮਾਰ ਖਾ ਰਹੇ ਹਾਂ ਜੀ। ਸਾਡੇ ਘਰ ਦੇ ਵਿੱਚ ਹਮੇਸ਼ਾ ਗੁਰੂ ਹਾਜ਼ਰ ਨਾਜ਼ਰ ਅਤੇ ਉਹਨੂੰ ਨਾਲ ਰੱਖੀਏ। ਇਹ ਜ਼ਰੂਰੀ ਨਹੀਂ, ਮੈਂ ਪਹਿਲਾਂ ਵੀ ਗੱਲ ਕੀਤੀ, ਦੁਬਾਰਾ ਫਿਰ ਜ਼ਿਕਰ ਕਰਦੇ ਹਾਂ, ਅਸੀਂ ਸਿੱਖ ਹੋਈਏ, ਅਸੀਂ ਹਿੰਦੂ ਹੋਈਏ, ਇਹ ਕੋਈ ਲੈਣਾ ਦੇਣਾ ਨਹੀਂ। ਹਰ ਘਰ ਦੇ ਵਿੱਚ, ਇਹ ਦਸਤਾਰਧਾਰੀ ਲਈ ਜ਼ਰੂਰੀ ਨਹੀਂ ਹੈ ਕਿ ਦਸਤਾਰਧਾਰੀ ਨੂੰ ਹੀ ਗੁਰੂ ਦੀ ਜ਼ਰੂਰਤ ਆ। ਅਗੇਨ ਇਹ ਪੁਆਇੰਟ ਤੁਸੀਂ ਜਿਹੜਾ ਅਟੈਚ ਕੀਤਾ, ਅਗਲੇ ਹਫ਼ਤੇ ਇਸ 'ਤੇ ਉੱਤੋਂ ਹੀ ਮੈਂ ਕੰਟੀਨਿਊ ਰੱਖਣਾ ਚਾਹੂੰਗਾ ਕਿ ਅੱਜ ਤਾਂ ਅਸੀਂ ਪਾਪ ਪੁੰਨ ਦੇ ਚੱਕਰ 'ਚ ਪੈ ਗਏ, ਕਿਉਂਕਿ ਅੱਜ ਤਾਂ ਇਹ ਕਿਹਾ ਜਾਂਦਾ ਹੈ ਕਿ ਜੇਕਰ ਤੁਹਾਨੂੰ ਬਾਣੀ ਸਹੀ ਤਰੀਕੇ ਨਾਲ ਨਾ ਤੁਸੀਂ ਪੜ੍ਹੀ ਤਾਂ ਤੁਹਾਨੂੰ ਪਾਪ ਚੜ੍ਹ ਜਾਏਗਾ, ਜਿਸ ਕਰਕੇ ਅਸੀਂ ਡਰ ਜਾਂਦੇ ਹਾਂ ਅਤੇ ਅਸੀਂ ਗੁਰੂ ਤੋਂ ਹੋਰ ਦੂਰ ਹੋ ਜਾਂਦੇ ਹਾਂ। ਜਦਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਭਾਵੇਂ ਇੱਕ ਤੁੱਕ ਵੀ ਪੜ੍ਹ ਲਓ, ਪਰ ਜੇਕਰ ਨਹੀਂ ਸਮਝ ਆ ਰਹੀ ਤਾਂ ਇਹ ਤਾਂ ਚਮਤਕਾਰ ਹੋਣਾ ਨਹੀਂ ਕਿ ਤੁਸੀਂ ਅੱਜ ਰਾਤ ਨੂੰ ਪੜ੍ਹੀ ਤਾਂ ਸਵੇਰੇ ਤੁਹਾਨੂੰ ਸਮਝ ਆ ਜਾਏਗੀ। ਪਰ ਤੁਹਾਨੂੰ ਇਸ ਵਾਸਤੇ ਜਿਸ ਤਰ੍ਹਾਂ ਅਸੀਂ ਬਾਕੀ ਕੰਮਾਂ 'ਚ ਮਿਹਨਤ ਕਰਦੇ ਹਾਂ, ਜਦੋਂ ਅਧਿਆਤਮਕ ਤਲ ਦੀ ਗੱਲ ਆਉਂਦੀ, ਕਿਉਂ ਅਸੀਂ ਬਾਹਰੋਂ ਮੁੱਲ ਖਰੀਦ ਕੇ ਕੋਈ ਚੀਜ਼ ਅਪਣਾ ਕੇ ਸਮਝਦੇ ਹਾਂ ਕਿ ਸਾਨੂੰ ਉਸਦਾ ਬੈਨੀਫਿਟ ਹੋ ਜਾਏਗਾ? ਤੁਹਾਡਾ ਧੰਨਵਾਦ, ਇੱਥੋਂ ਹੀ ਅਗਲੇ ਹਫ਼ਤੇ ਅਸੀਂ ਕੰਟੀਨਿਊ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਵੀ ਬਹੁਤ ਧੰਨਵਾਦ। ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7555 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com। ਬੜੇ ਹੀ ਬੇਸਿਕ ਸਵਾਲ ਜੋ ਮੈਂ ਭਾਈ ਸਾਹਿਬ ਤੋਂ ਪੁੱਛ ਰਿਹਾ, ਤੁਹਾਡੇ ਵੱਲੋਂ ਜੋ ਫੀਡਬੈਕ ਆਉਂਦੀ ਹੈ ਅਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਸਵਾਲਾਂ ਦਾ ਜਵਾਬ ਲੈ ਕੇ ਤੁਹਾਡੇ ਤੱਕ ਪਹੁੰਚ ਕਰ ਸਕੀਏ, ਤੁਸੀਂ ਸਾਡੇ ਨਾਲ ਸਾਂਝ ਪਾਉਣੀ ਚਾਹੋ ਤਾਂ 604-603-7555 ਜਾਂ ਫਿਰ ਈਮੇਲ ਦੇ ਰਾਹੀਂ ਸੰਪਰਕ ਕਰ ਸਕਦੇ ਹੋ harpreetsingshow@gmail.com। ਇਹਨਾਂ ਅੱਗੇ ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।